صراط الذي قدر فهدى والذي أخرج المرعى فجعله بكاء أحصى إلا ما شاء الله إنه يعلم الجهر وما يخفى من يسرك رشق الذي يصلى النار الكبرى ولا يخلى سمع الله لمن حمده الله أكبر फास्टिंग जिसे हम कहते हैं, तो रोज़े का मतलब है जितनी भी बुराइयां हैं उनसे दूर रहना, यानी बुरा नहीं सोचना, बुरा नहीं देखना, आँखों का रोज़ा, कानों का रोज़ा, बुरा नहीं सुनना, हाथों का रोज़ा, बुरा नहीं करना, तो जितनी भी बुराई चीज़ें हैं उनसे दूर रहना, उसको हम कहते हैं रोज़े। उस
उसमें और एक चीज मेन चीज आता है कि ऊपर वाले ने हमें हुक्म दिया है कि आपको इस महीने में जो खाना है नफुस है, नफुस को हमें कंट्रोल करना है। जब हम नफुस को कंट्रोल करेंगे तभी हम जो शैतान है उसे हम मुक्ति मांगे वो ले सकते हैं, नजात ले सकते हैं। तो कंटिन्यूसली खुद को कंट्रोल में रखना एक महीने तक इट इज़ नॉट ए जोक। तो उस महीने के बाद सख्ती के बाद जो एक कंट्रोल के बाद हमें एक खुशी का दिन आता है उसको हम कहते हैं ईद। तो आज हमें भी काफ़ी खुशी है, काफ़ी मसरत है क्योंकि हमने कंटिन्यूसली हम एक महीने तक रोजे में हमने रखे हैं। तो आज मैं ये कह सकता हूँ कि आज काफ़ी खुशी का दिन है मेरे लिए भी, आपके लिए भी, मेरे दोस्तों के लिए भी, और मैं सभी देखने वालों सुनने वालों को तहे दिल से ईद उल फितर की ईद मुबारक करता हूँ। ਜਰਾ ਹਿੰਦੂ ਭਾਈਚਾਰਾ ਉਹ ਸਾਡੇ ਜਿਹੜੇ ਪੰਜਾਬ ਦੇ ਲੀਡਰਸ਼ਿਪ ਵੀ ਜਿਹੜੀ ਸਾਡੇ ਨਾਲ ਆਈ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਉਹ ਸਾਡੀ ਇਸ ਮਸਜਿਦ ਜਿਹੜੀ ਹੈ ਇਹ ਬਹੁਤ ਇਤਿਹਾਸਿਕ ਮਸਜਿਦ ਹੈ, 200 ਸਾਲ ਪੁਰਾਣੀ ਮਸਜਿਦ ਹੈ, 1947 ਤੋਂ ਪਹਿਲਾਂ ਦੀ ਬਣੀ। ਇਸ ਮਸਜਿਦ ਦੇ ਵਿੱਚ ਜਾਮਾ ਮਸਜਿਦ ਖੈਰੁਦੀਨ ਦੇ ਵਿੱਚ ਸਾਡੇ ਮੌਲਾਨਾ ਹਾਮਿਦ ਹੁਸੈਨ ਕਾਸਮੀ ਜੀ ਨੇ ਜਿਹੜੀ ਇੱਥੇ ਨਮਾਜ਼ ਅਦਾ ਕੀਤੀ ਹੈ ਔਰ ਉਹਨਾਂ ਦੇ ਪਿੱਛੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨਮਾਜ਼ੀਆਂ ਨੇ ਨਮਾਜ਼ ਪੜ੍ਹੀ ਹੈ। ਇਹ ਜਿਹੜਾ ਦਿਨ ਹੈ 30 ਦਿਨ ਦੇ ਰੋਜ਼ੇ ਰੱਖਣ ਤੋਂ ਬਾਅਦ ਇੱਥੇ ਇੱਕ ਦਿਨ ਪਹਿਲਾਂ ਜਿਹੜਾ ਵਾ ਚਾਂਦ ਦੇਖਦੇ ਆ ਲੋਕ ਔਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਚਾਂਦ ਦੀ ਜਿਹੜੀ ਆ ਉਹ ਕਰਦੇ ਨੇ ਕਿ ਚਾਂਦ ਦਿਖੇ ਅਤੇ ਅਸੀਂ ਨਮਾਜ਼ ਪੜ੍ਹੀਏ। ਔਰ ਇਹ ਅੱਜ ਨਮਾਜ਼ ਦਾ ਦਿਨ ਜਿਹੜਾ ਵਾ ਆਇਆ ਨਮਾਜ਼ ਸਾਰਿਆਂ ਨੇ ਅਦਾ ਕੀਤੀ ਹੈ, ਇਸ ਦੇ ਵਿੱਚ ਦੁਆਵਾਂ ਕੀਤੀਆਂ ਅਤੇ ਦੁਆਵਾਂ ਦੇ ਵਿੱਚ ਜਿਹੜਾ ਵਾ ਸਾਡੇ ਮੁਲਕ ਵਾਸਤੇ, ਪੰਜਾਬ ਵਾਸਤੇ, ਸਾਰਿਆਂ ਵਾਸਤੇ ਤਰੱਕੀ ਕੱਢੇ ਸਾਡਾ ਮੁਲਕ ਔਰ ਪੰਜਾਬ, ਉਹ ਸਾਡੇ ਮਜ਼ਹਬ ਦੇ ਵਿੱਚ ਜਿਹੜੀਆਂ ਵਾ ਆਪਸ ਵਿੱਚ ਭਾਈਚਾਰਾ ਵਧੇ, ਸਾਰਿਆਂ ਦੇ ਵਾਸਤੇ ਦੁਆਵਾਂ ਕੀਤੀਆਂ। ਦੇਸ਼ ਭਰ ਦੀ ਆਵਾਮ ਨੂੰ ਅਸੀਂ ਇਹ ਪੈਗਾਮ ਦੇਣਾ ਚਾਹੁੰਦੇ ਹਾਂ, ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰੱਖਣਾ, ਅਵਲ ਅੱਲਾ ਨੂਰ ਪਾਇਆ ਸਭ ਕੁਦਰਤ ਦੇ ਬੰਦੇ। ਇਹ ਜਿਹੜਾ ਵਾ ਮਜ਼ਹਬ ਸਾਨੂੰ ਕੋਈ ਨਹੀਂ ਸਿਖਾਉਂਦਾ, ਮਜ਼ਹਬ ਜਿਹੜਾ ਵਾ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦਾ ਸਾਡੇ ਪੈਗਾਮ ਹੈ ਕਿ ਪਹਿਲੇ ਜਿਹੜਾ ਵਾ ਵਰਲਡ ਜਿਹੜਾ ਵਾ ਇਨਸਾਨੀਅਤ ਹੈ, ਇਨਸਾਨ ਦੇ ਅੰਦਰ ਇਨਸਾਨੀਅਤ ਹੋਣੀ ਚਾਹੀਦੀ ਹੈ, ਉਹ ਤਾਂ ਮਜ਼ਹਬ ਨਹੀਂ ਦੇਖਣਾ ਚਾਹੀਦਾ। ਹੁਣ ਤੁਸੀਂ ਦੇਖੋਗੇ ਕਿ ਸਾਨੂੰ ਅਸੀਂ ਹੋਸਪਿਟਲ ਚਲ ਜਾਂਦੇ ਹਾਂ ਸਾਨੂੰ ਬਲੱਡ ਦੀ ਲੋੜ ਪੈਂਦੀ ਹੈ ਅਤੇ ਉੱਥੇ ਕੋਈ ਖੂਨ, ਡਾਕਟਰ ਇਹ ਨਹੀਂ ਕਹਿੰਦਾ ਵੀ ਤੇਰਾ ਮਜ਼ਹਬ ਕੀ ਹੈ, ਉਹ ਕਹਿੰਦਾ ਖੂਨ ਚਾਹੀਦਾ। ਅਤੇ ਇਸ ਤਰ੍ਹਾਂ ਹੀ ਸਾਨੂੰ ਜਿਹੜਾ ਵਾ ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰੱਖਣਾ, ਪਿਆਰ ਮੁਹੱਬਤ ਹੀ ਸਿਖਾਉਂਦਾ ਇਸਲਾਮ ਵੀ, ਉਹ ਸਾਰੇ ਭਾਈਚਾਰਿਆਂ ਦੇ ਵਿੱਚ ਵੀ ਅਸੀਂ ਪੈਗਾਮ ਪਿਆਰ ਦਾ ਹੀ ਦਿੰਦੇ ਹਾਂ। ਈਦ ਦੀਆਂ ਵਧਾਈਆਂ ਦੇਣਾ ਸੀ ਆਪਣੇ ਮੁਸਲਮਾਨ ਭਾਈਚਾਰੇ ਨੂੰ, ਉਹ ਵਧਾਈਆਂ ਦਿੱਤੀਆਂ ਔਰ ਅੱਲਾ ਦੇ ਗੜੀ ਕਾਮਨਾ ਕੀਤੀ ਕਿ ਸਾਡਾ ਭਾਈਚਾਰਾ ਤਰੱਕੀ ਕਰੇ, ਸਾਰੇ ਸ਼ਹਿਰ ਦੇ ਵਿੱਚ ਆਪਸੀ ਭਾਈਚਾਰਾ, ਸਾਂਝ, ਪਿਆਰ ਵਧੇ ਔਰ ਸਾਰੇ ਰਲ ਕੇ ਹੀ ਆਪਣੇ ਸ਼ਹਿਰ ਦੀ, ਇਸ ਪੰਜਾਬ ਦੀ, ਇਸ ਦੇਸ਼ ਦੀ ਜਿਹੜੀ ਆ ਉਹ ਤਰੱਕੀ ਵਾਸਤੇ ਪ੍ਰਣ ਕਰੇ।